पटियाला दे हलका कनौर दे पिंड रुड़की दे विच दो गुटां दे विच लड़ाई हो गई। मिली जानकारी अनुसार ये लड़ाई पानी दी पारी नू लेके हुई है। लड़ाई दे दौरान खूब डांगा सोटे चले अते घटना दे दौरान कई लोग जख्मी भी होए ने, जिन्हां नू इलाज दे लई हस्पताल भर्ती करवाया गया। राजपुरा दे हस्पताल च पए जख्मियां अनुसार पिंड दे कुछ लोगों ने मिलके मौजूदा सरपंच अते उन्हां दे रिश्तेदारां ते हमला करके उन्हां नू बुरी तरह जख्मी कर दिता। इस दे नाल ही मामला पुरानी रंजिश का भी दस्या जा रहा है कि सरपंच ते उन्हां उक्त हमलावरां दे नाल पुरानी रंजिश चल रही सी, जिस नू लैके ये लड़ाई हुई है। मेरा नाम रुपिंदर सिंह है जी, जी रुड़की तो जी। गल जी ब्रदर नू आ गए जी, गालां देण लग्या जी बंदा, गालां देण लग्या जी। आ गया कह रहा, कहा मैं, कहिंदा जी मैं बंदे लेके आ रहा, तुसीं इत्थे ही खड़ो। तो असी अपने घर को खड़े रहे, घर के कोल ही मूहरे, घर के मूहरे आ के उन्होंने बंद ने सू मार साढ़े ना मारकुट की। 14-15 बंदे सी जी, बहुत बेरामी नाल कुटिया जी। मेरे पापा जी का सिर के बिच सट मारी, काफ़ी ज़्यादा उन्होंने सट लगी हुई है, बत्ती च पे हैं। मेरे ब्रदर है गुरविंदर सिंह, उन्होंने भी बहुत ज़्यादा कुटिया, वह भी PGI पे हैं। तो मेरे ब्रदर है जी दूजा गुरप्रीत सिंह, ਉਹਦੇ ਵੀ ਸਿਰ 'ਚ ਕਾਫੀ ਜ਼ਿਆਦਾ ਸੱਟਾਂ ਮਾਰੀਆਂ, ਗੰਡਾਸੀ ਮਾਰੀ ਹੈ, ਸਿਰ ਪਾੜਤਾ ਜੀ। ਅਤੇ ਮੇਰੇ ਵੀ ਨੱਕ ਦੇ ਵਿੱਚ ਫ੍ਰੈਕਚਰ ਹੈ, ਸਿਰ ਦੇ ਉੱਤੇ ਸੱਟਾਂ ਮਾਰੀਆਂ, ਕਾਫੀ ਜ਼ਿਆਦਾ ਨੁਕਸਾਨ ਕੀਤਾ ਜੀ ਉਹਨਾਂ ਨੇ, ਬਹੁਤਾ ਹੀ ਜ਼ਿਆਦਾ ਨੁਕਸਾਨ ਕੀਤਾ ਜੀ। ਹਾਂਜੀ ਮੈਂ ਸਰਪੰਚ ਦਾ ਭਤੀਜਾ ਜੀ, ਤਾਏ ਜੀ ਮੇਰੇ ਸਰਪੰਚ ਹੈ ਜੀ, ਸੁਰਜੀਤ ਸਿੰਘ ਜੀ। ਅਤੇ ਉਹਨਾਂ ਦੇ ਵੀ ਉਹਨਾਂ ਨੇ ਸੱਟਾਂ ਮਾਰੀਆਂ, ਕਾਫੀ ਜ਼ਿਆਦਾ ਇੱਟਾਂ ਰੋੜੇ ਵਰਸਾਏ। ਅਤੇ ਬਾਪੂ ਜੀ ਦੇ ਵੀ, ਤਾਏ ਜੀ ਦੇ ਵੀ ਮੇਰੇ ਕਾਫੀ ਜ਼ਿਆਦਾ ਸੱਟਾਂ ਮਾਰੀਆਂ। ਗੱਲ ਹੀ ਬਸ ਜੀ, ਪਤਾ ਨਹੀਂ ਪਾਸੋਂ ਕੋਈ ਗੱਲਬਾਤ ਹੋਈ ਹੋਣੀ ਹੈ ਜੀ ਕੋਈ ਪਿੰਡ 'ਚ, ਉਹਨਾਂ ਦੇ ਝਗੜੇ ਕਰਕੇ ਆ ਕੇ ਇੱਥੇ ਮੇਰੇ ਭਰਾ ਨੂੰ ਗਾਲਾਂ ਦੇਣ ਲੱਗੇ ਵੀ ਤੁਸੀਂ ਉਹਨਾਂ ਦੇ ਨਾਲ ਲੱਗੇ ਹੋ, ਉਹਨਾਂ ਦੇ ਨਾਲ ਰਹਿੰਦੇ ਹੋ, ਤੁਸੀਂ ਉਹਨਾਂ ਦੀ ਮਦਦ ਕਰਦੇ ਹੋ। ਕਿਹਾ ਵੀ ਅਸੀਂ ਤਾਂ ਸਰਪੰਚ ਹਾਂ ਭਾਈ, ਸਾਰਿਆਂ ਦੇ ਨਾਲ ਜਾਣਾ ਪੈਂਦਾ। ਅਤੇ ਉਹਨਾਂ ਨੇ ਕਾਫੀ ਜ਼ਿਆਦਾ ਕੁੱਟਮਾਰ ਕੀਤੀ, ਕਾਫੀ ਜ਼ਿਆਦਾ 14-15 ਬੰਦੇ ਸੀਗੇ ਜੀ, ਉਹਨਾਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਉਹ ਜੀ ਅਕਾਲੀ ਪਾਰਟੀ ਨਾਲ ਸੰਬੰਧਿਤ ਹੈ ਜੀ, ਉਹ ਸਾਰੇ ਦੇ ਸਾਰੇ ਸਾਰੇ ਇੱਕੋ ਟੱਬਰ ਦੇ ਬੰਦੇ ਹੈ ਜੀ। ਉਹ ਇੱਕ ਅੱਧਾ ਬੰਦਾ ਬਾਹਰੋਂ ਸੀਗਾ, ਹੋਰ ਸਾਰੇ ਸਾਰੇ ਇੱਕੋ ਪਾਰਟੀ 'ਚੋਂ ਸੀਗੇ ਜੀ। ਰੁੜਕੀ ਦਾ ਜੀ, ਸਰ ਸਾਡੀ ਲੜਾਈ ਦੋ ਮੁੰਡੇ ਉਹਨਾਂ ਨੇ ਕੱਲ੍ਹ ਕੁੱਟ ਸਾਤੋਂ ਇੱਕ ਦਿਨ ਪਹਿਲਾਂ ਕੁੱਟੇ ਨੇ, ਪਾਣੀ ਦੀ ਵਾਰੀ ਪਿੱਛੇ ਹੋ ਗਈ ਸੀ ਉਹਨਾਂ ਦੀ ਆਪਸ 'ਚ, ਜਿਨ੍ਹਾਂ ਦੇ ਸਾਡੀ ਪਾਰਟੀ ਦੇ ਬੰਦੇ ਸੀ ਉਹ ਸਾਡੇ ਕੁੱਟੇ ਨੇ ਪਹਿਲਾਂ ਉਹਨਾਂ ਨੇ, ਅਸੀਂ ਉਹਨਾਂ ਦੇ ਨਾਲ ਵਗ ਗਏ। ਉਹ ਕਹਿੰਦੇ ਸਾਲੇ ਕਾਹਤੋਂ ਗਏ ਨੇ, ਮਾਇਆ ਭੈਣਾਂ ਦੀ ਗਾਲਾਂ ਕੱਢੀਆਂ ਸਾਨੂੰ। ਤਜਿੰਦਰ ਸਿੰਘ ਨੇ ਸਿਕੰਦਰ ਸਿੰਘ ਦੇ ਮੁੰਡੇ ਨੇ, ਅੱਛਾ ਜੀ ਉਹ ਦੂਸਰੇ ਬੰਦੇ ਦੇ ਬਾੜੇ 'ਚ ਆ ਕੇ ਕੱਢੀਆਂ ਨੇ, ਮੌਜੂਦਾ ਸਾਡੇ ਬਾੜੇ 'ਚ ਆ ਕੇ ਉਹਨਾਂ ਨੇ ਘੇਰਿਆ ਸਾਨੂੰ, ਕੱਖ ਟੋਕਾ ਕਰਕੇ ਹੱਟਿਆ ਸੀ, ਟੋਕਾ ਕਰਦੇ ਕਰਦੇ ਤੇ ਬਾਹਰ ਕਰਿਆ ਉਹਨਾਂ ਨੇ ਆ ਕੇ, ਤਾਂ ਮੈਨੂੰ ਮਾਰ ਕੇ, ਤਾਂ ਫਿਰ ਮੇਰੇ ਡੈਡੀ ਦੇ ਮਾਰੀ ਉਹਨਾਂ ਨੇ ਸੱਟਾਂ, ਉਹ ਆਇਆ ਬਾਹਰ ਭੱਜਿਆ ਭੱਜਿਆ ਦੇਖਿਆ ਕੀ ਹੋਇਆ, ਉਹਦੇ ਵੀ ਹੱਥ 'ਚ ਕੁਛ ਨਹੀਂ ਸੀ, ਤਾਂ ਸਾਰੇ ਆ ਕੇ ਗਿਰ ਗਏ ਨੇ ਸਾਤੋਂ। ਸਾਡੇ ਗੰਡਾਸੀਆਂ ਦੇ ਰਹੇ ਸੀ, ਕੋਈ ਤਲਵਾਰ ਲੈ ਰਿਹਾ ਸੀ, ਕੋਈ ਗੰਡਾਸੀ, ਕੋਈ ਟਾਕੂ ਦੇ ਰਿਹਾ ਸੀ, ਕਿਸੇ ਦੇ ਹੱਥ 'ਚ ਫੋੜਾ ਸੀ, ਕਿਸੇ ਦੇ ਹੱਥ 'ਚ ਕਸੀ ਸੀ, ਕੁਛ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ। ਫਿਰ ਸਾਡੇ ਮੇਰੇ ਤਾਏ ਦਾ ਮੁੰਡਾ ਆ, ਤਾਂ ਉਹਦੇ ਵੀ ਵਾਲ ਪੱਟੇ ਨੇ, ਚੋਟਾਂ ਮਾਰੀਆਂ ਨੇ, ਉਹਨੂੰ ਮਾਰ ਕੇ ਖਿੱਚ ਕੇ ਚੋਟ ਗੇਰ ਕੇ ਭੱਜ ਗਏ ਨੇ, ਦੁਬਾਰੇ ਫਿਰ ਆਏ ਨੇ, ਤਾਂ ਮੇਰੇ ਭਰਾ ਤਿਆਰ ਮੇਰੇ ਤਾਏ ਜੀ 'ਤੇ ਹਮਲਾ ਕੀਤਾ, ਉਹਨਾਂ ਨੇ ਪੂਰਾ ਡੱਟ ਕੇ ਮੇਰੇ ਤਾਏ ਦੇ ਵੀ ਸੱਟਾਂ ਮਾਰੀਆਂ ਨੇ, ਭਰਾ ਵੀ ਮੇਰਾ ਉਰੇ, ਮੇਰੇ ਤਾਏ ਵੀ ਹੋਸਪਿਟਲ ਦਾਖਲ ਕੀਤੇ ਹੋਏ ਨੇ। ਉਹ ਤੋਂ ਬਾਅਦ ਸਾਨੂੰ ਪਤਾ ਕੀ ਕੀਤਾ ਉਹਨਾਂ, ਰੋੜੇ ਗੇਰ ਕੇ, ਜਾਣ ਕੇ ਰੋੜੇ, ਕਹਿੰਦੇ ਰੋੜੇ ਗੇਰੇ ਪਰ ਗੇਰ ਕੇ ਉਹਨਾਂ ਨੇ ਆਪੇ ਮਾਰੇ ਨੇ ਰੋੜੇ, ਰੋੜੇ ਮਾਰ ਕੇ ਉਹ ਭੱਜ ਗਏ ਨੇ। ਮੌਜੂਦਾ ਕੈਮਰੇ 'ਚ ਵੀਡੀਓ ਬਣੀ ਹੋਈ ਆ, ਉੱਥੇ ਪੁਲਿਸ ਵਾਲੇ ਲੈ ਗਏ ਨੇ ਵੀਡੀਓ ਸਾਰੀ ਉਹਨਾਂ ਦੇ ਕੋਲ ਗਈ ਹੋਈ ਆ ਸਾਰੀ। ਕਿੰਨੇ ਜਾਣੇ ਸੀ ਉਹਦੇ? ਉਹ ਘੱਟ ਤੋਂ ਘੱਟ 16-17 ਜਣੇ ਸੀ ਉੱਥੇ ਜੀ, ਸਾਰੇ ਉਹ ਬੰਦੇ। ਕੀ ਕੁਝ ਹਥਿਆਰ ਸੀ? ਸਾਰਾ ਹਥਿਆਰ ਉਹਨਾਂ ਦੇ ਕੋਲ, ਟਾਕੂਆ ਵੀ ਸੀ, ਕਸੀ ਵੀ ਸੀ, ਗੰਡਾਸੀ ਵੀ ਸੀ, ਅੱਛਾ ਉਹ ਵੀ ਡੰਡੇ ਵੀ ਸੀ, ਫੋੜੇ ਵੀ ਸੀ, ਉਹਨਾਂ ਕੋਲ ਕਾਫੀ ਸਮਾਨ ਸੀ। ਕੁਛ ਨਹੀਂ ਪਤਾ ਲੱਗਿਆ ਕੀ ਹੋ ਰਿਹਾ ਉੱਥੇ, ਕੀ ਨਹੀਂ, ਬਹੁਤ ਸਮਾਨ ਲੈ ਕੇ ਆਏ ਸੀ। ਉਹ ਮਤੀ ਵੀ ਸੀ ਉਹਨਾਂ ਦੀ ਪਹਿਲਾਂ ਹੀ, ਵੀ ਇਹ ਸਰਪੰਚ ਕਾਦ ਸਰਪੰਚ ਕੀ ਬਣ ਗਏ ਨੇ, ਵੀ ਉਹਨਾਂ ਦੇ ਨਾਲ ਜਾਂਦੇ ਨੇ, ਵੀ ਉਹ ਆਪਣੇ ਆਪ ਫੈਸਲਾ ਕਰਨ, ਵੀ ਇਹ ਕਾਹਤੋਂ ਗੈਰ ਲੱਗ ਰਹੇ ਨੇ। ਉਹ ਬੱਚੇ ਨੇ ਸਰਪੰਚ ਦੀ ਮੌਜੂਦਾ ਕੰਮ ਪਿੰਡ 'ਚ ਹੀ ਆਉਂਦਾ ਫੈਸਲਾ ਕਰਾਉਣਾ। ਸਭ ਤੋਂ ਅਸੀਂ, ਮੈਂ ਸਰਪੰਚ ਸਿੰਘ ਦਾ ਭਤੀਜਾ ਜੀ, ਮੇਰਾ ਤਾਇਆ ਸਰਪੰਚ ਹੈ ਜੀ। ਮੈਂ ਉਹਨੂੰ ਕਿਹਾ ਵੀਰੇ ਤੂੰ ਗਾਲਾਂ ਨਾ ਕੱਢ, ਆਪਾਂ ਬੈਠ ਕੇ ਮਸਲਾ ਨਿਬੇੜ ਲਾਂਗੇ। ਉਹ ਕਹਿੰਦਾ ਇਸ ਤਰ੍ਹਾਂ ਨਹੀਂ ਨਿਬੜਾਂ, ਜਿਸ ਤਰ੍ਹਾਂ ਉਹਨਾਂ ਨਾਲ ਹੋਇਆ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਕਰਨਾ। ਕਹਿੰਦੇ ਮੈਂ ਕਿਹਾ ਚੱਲ ਤੋਂ ਟਾਈਮ ਬਤਾਊਗਾ, ਟਾਈਮ ਨਹੀਂ ਤੇਰੇ ਨਾਲ ਤਾਂ ਅੱਜ ਉਹ ਕਰਨਾ। ਮੈਂ ਚੱਲ ਕੋਈ ਗੱਲ ਨਹੀਂ ਦੇਖ ਲਾਂਗੇ। ਤਾਂ ਸਾਡੇ ਤੋਂ ਆ ਕੇ ਉਹਨਾਂ ਨੇ ਇਕੱਠੇ ਹੋ ਕੇ ਸਾਰੇ ਆ ਕੇ ਬਾਹਰ ਕੀਤਾ ਉਹਨਾਂ ਦੇ ਸਿਰ 'ਚ ਗੰਡਾਸੀ ਮਾਰੀ ਮੇਰੀ, ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ। ਫਿਰ ਇੱਕ ਜਣਾ ਟਾਕੂਆ ਲੈ ਕੇ ਆਇਆ,
ਤੁਹਾਡੇ ਬੰਦੇ ਕਿੰਨੇ ਦਾਖਲ ਨੇ ਹਸਪਤਾਲ? ਮੇਰੇ ਬੰਦੇ ਪੰਜੇ ਦਾਖਲ ਨੇ, ਪੰਜੇ ਸੀਗੇ ਜੀ, ਪੰਜੇ ਹੋਸਪਿਟਲ 'ਚ ਦਾਖਲ ਨੇ, ਦੋ ਪੀ ਇੱਕ ਪੀ ਜੀ ਆਈ ਪਿਆ ਜੀ, ਇੱਕ ਬੱਤੀ 'ਚ ਪਿਆ ਸੀ, ਤਿੰਨ ਮਰੀਜ਼ ਰਾਜਪੁਰੇ ਹੋਸਪਿਟਲ 'ਚ ਪਏ ਨੇ। ਅਤੇ ਕੋਈ ਪੁਰਾਣੀ ਰੰਜਿਸ਼ ਵੀ ਚੱਲਦੀ ਆ ਰਹੀ ਸੀ? ਹਾਂਜੀ, ਪੁਰਾਣੀ ਰੰਜਿਸ਼ ਤਾਂ ਕੋਈ ਨਹੀਂ ਸੀ, ਹੁੰਦਾ ਵੀ ਪਿੰਡ ਦਾ ਮਸਲ ਇੱਕ ਨੁਕਾਰ ਹੀ ਚੱਲ ਰਹੀ, ਉਹਦੀ ਸਰਪੰਚੀ ਦੀ, ਸਰਪੰਚੀ ਦੀ ਗਰਾਂਟਾਂ ਖਾ ਗਈਆਂ ਨੇ, ਕੋਈ ਅੱਜ ਤੱਕ ਲਾਇਆ ਹੈ ਨਹੀਂ ਮੌਜੂਦਾ ਪੈਸਾ, ਕੋਈ ਨਹੀਂ ਲੱਗਿਆ। ਜਿੰਨੇ ਵੀ ਸਰਕਾਰ ਨੇ ਪੈਸੇ ਦਿੱਤੇ ਸਭ ਕੋਠੀ ਦੇ ਪੈਸਾ ਲਾਇਆ, ਕੋਈ ਬੋਲਟ ਲੈ ਲਿਆ, ਕੋਈ ਏਸੀ ਲੈ ਲਿਆ, ਕਿਸੇ ਦਾ ਬੱਚੇ ਦਾ ਪੈਸਾ ਦੇਣਾ ਨਹੀਂ। ਗਰੀਬ ਬੰਦੇ ਨੂੰ ਮਾਇਆ ਭੈਣਾਂ ਦੀਆਂ ਗਾਲਾਂ ਕੱਢਦੇ, ਧੀ ਭੈਣ ਦੀ ਸ਼ਰਮ ਨਹੀਂ ਕਰਦੇ, ਛੇੜਖਾਨੀ ਕਰਦੇ ਰਸਤੇ 'ਚ, ਹਰੇਕ ਦੇ ਨਾਲ ਰਸਤੇ 'ਚ ਰੁਕ ਰੁਕ ਕੇ ਪੁਲਿਸ ਦੀ ਵਰਦੀਆਂ ਪਾ ਕੇ ਉਹ ਕਬਜ਼ਾ ਕਰਦੇ ਰਾਤ ਬਰਾਤ ਜਾ ਕੇ। ਹਰਮੇਲ ਸਿੰਘ ਪੁਲਿਸ ਦੀ ਵਰਦੀ ਪਾ ਕੇ, ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਗੱਡੀ ਉਹਦੀ 'ਤੇ, ਰਾਤ ਨੂੰ ਘੇਰਦਾ ਉਹ ਜਾ ਕੇ, ਉੱਥੇ ਕੁਛ ਨਹੀਂ ਪਤਾ ਲੱਗਦਾ ਕੀ ਕਰਦੇ, ਦੋ ਨੰਬਰ ਦਾ ਧੰਦਾ ਕਰਦੇ ਨੇ ਸਾਰੇ। ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ? ਮੇਰੇ ਸਿਰ 'ਚ ਲੱਗੀਆਂ ਨੇ, ਬਾਂਹ 'ਤੇ ਲੱਗੀ, ਇੱਕ ਉਂਗਲੀ ਫ੍ਰੈਕਚਰ ਹੋ ਗਈ, ਇੱਕ ਲੱਤ 'ਤੇ ਲੱਗੀ ਹੋਈ ਹੈ, ਗੋਡੇ 'ਤੇ ਇੱਕ, ਢੂਹੀ 'ਤੇ ਲੱਗੀ ਹੋਈ ਹੈ ਪਿੱਛੇ ਜੀ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਤਾਂ ਇਹ ਕਰਦੇ ਇਹਨਾਂ 'ਤੇ ਪੂਰੀ ਪੂਰੀ ਕਾਰਵਾਈ ਕੀਤੀ ਜਾਵੇ, ਇਹਨੂੰ ਪੂਰੀ ਸਜ਼ਾ ਮਿਲੇ ਡਟ ਕੇ, ਇਹਨਾਂ ਜਿੰਨੀ ਵੀ ਹੋ ਸਕਦੀ ਹੈ, ਵੀ ਇਹਨਾਂ ਦੀ ਜ਼ਮਾਨਤ ਵੀ ਨਾ ਹੋਵੇ ਕਿਤੇ ਹੋਵੇ। ਬਸ ਅਸੀਂ ਇਹ ਡਿਮਾਂਡ ਕਰਦੇ ਹਾਂ ਵੀ ਇਹਨੂੰ ਹਰ ਟਾਈਮ ਜੇਲ੍ਹ ਦੇ ਵਿੱਚ ਸੜਨ ਦੇ ਉੱਤੇ, ਵੀ ਜਿਹੜਾ ਸਾਡੇ ਨਾਲ ਕੀਤਾ ਕੱਲ੍ਹ ਨੂੰ ਕਿਸੇ ਹੋਰ ਨਾਲ ਕਰੇ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਲਤ ਬੋਲਦੇ ਨੇ, ਚੌਂਕ 'ਚ ਫੜ ਕੇ ਮੈਂ ਤਾਂ ਇਹੀ ਦੁਆ ਕਰ 20 ਸਾਲ ਕੱਟ ਗਏ ਨੇ, ਅੱਜ ਫਿਰ ਇਹਨਾਂ ਨੇ ਇਹੀ ਕੰਮ ਕਰਤਾ। ਲੜਾਈ ਤਾਂ ਜੀ ਕੋਈ ਗੌਮਾ ਮਸਲਾ ਤਾ ਪਾਣੀ ਦਾ, ਪਾਣੀ ਦਾ ਮਸਲਾ, ਉਹਨੂੰ ਬੰਦਿਆਂ ਨੇ ਕੁੱਟੇ ਮਾਰੇ, ਦੋਵੇਂ ਲੜਾਂ ਦੇ ਪਰਚੇ ਦਰਜ ਹੋ ਗਏ। ਮੈਨੂੰ ਕਹਿੰਦੇ ਵੀ ਪਰਚਾ ਸਰਪੰਚ ਨੇ ਕਰਾਇਆ, ਇਹਨੂੰ ਬਾਈ ਨੂੰ ਕਹਿਣ ਲੱਗੇ ਗੁਰਪ੍ਰੀਤ ਨੂੰ, ਪਰਚਾ ਸਰਪੰਚ ਨੇ ਕਰਾਇਆ, ਮੈਂ ਉਹਨੂੰ ਦੇਖੇਂਗੇ। ਉਹ ਕਹਿ ਭਾਈ ਦੇਖ ਲਓ ਜਾ ਕੇ, ਮੈਂ ਬਾਹਰ ਡੇਰੇ ਮਰਾਂ, ਦੇਖ ਲਓ ਬਾਈ। ਉਹ ਕਹਿੰਦੇ ਪਹਿਲਾਂ ਤੁਹਾਨੂੰ ਦੇਖੇ ਫਿਰ ਤੁਹਾਨੂੰ ਦੇਖੇਂਗੇ। ਇਸ ਬਾਤ ਵਿੱਚ ਉਹਨਾਂ ਛੇੜਾ ਛਿੜ ਗਿਆ ਜੀ। ਮਾਰੀ ਇੱਕ ਇਨਕੁਆਇਰੀ ਵੀ ਚੱਲ ਰਹੀ ਹੈ ਉਹਨਗੀ ਗਮਨ ਕੀ, 11-12 ਲੱਖ ਰੁਪਈਆ ਉਹਨਾਂ ਨੇ ਪੰਚਾਇਤ ਕਰ ਦੇਣਾ, ਡਾਇਰੈਕਟਰ ਕੇਸ ਚੱਲ ਰਿਹਾ, ਉਹ ਵੀ ਕਹਾ ਸਾਨੂੰ ਕਿਉਂ ਪਾਈ ਮਾਰੀ ਇਨਕੁਆਇਰੀ, ਮਹਾਂ ਪਾਵਾਂ ਉਹਦਾ ਇਨਕੁਆਇਰੀ ਜੇ ਤੁਹਾਨੂੰ ਖਾਏ ਹੈ। ਇਸ ਤੋਂ ਸ਼ੁਰੂ ਹੋਏ ਮੈਂ ਤਾਂ ਮੌਕੇ 'ਤੇ ਰਹਿਣ ਤੋਂ ਪਹਿਲਾਂ ਇਹਨਾਂ ਨੂੰ ਮਾਰੇ ਨਾ, ਫਿਰ ਮੈਂ ਫੋਨ ਕਰਿਆ, ਮੈਂ ਗਏ ਜਾਣੇ ਤੋਂ ਪਿੱਛੇ, ਫਿਰ ਅੱਗੇ ਜਾਂ ਦੇਖਿਆ ਇਹਨਾਂ ਦਾ ਬੁਰਾ ਹਾਲ ਹੋ ਗਿਆ, ਜਾਣ ਸਾਰਾ ਮੇਰਾ ਦੋ ਮੁੰਡਾ ਮੇਰੀ ਗੈਲ ਤਾਂ ਉਹ ਵੀ ਗੇਰ ਲਿਆ ਵਿਚਾਰਾ, ਮੈਂ ਖਾਲੀ ਗਏ, ਮੈਨੂੰ ਪਤਾ ਵੀ ਨਹੀਂ ਲੜਾਈ ਹੋ ਗਈ, ਇਹਨਾਂ ਦਾ ਕਿਹਾ ਲੜਾਈ ਹੋ ਰਹੀ, ਉਸਮੇ ਆ ਜਾਓ। ਉਹ ਵੀ ਮਾਰਿਆ, ਉਸ ਕਹਿੰਦੇ ਲੱਤ ਫ੍ਰੈਕਚਰ ਹੋ ਗਈ, ਸਿਰ ਮਾਂ ਸੱਟਾਂ ਲੱਗੀਆਂ, ਮੇਰੇ ਭਰਾ ਗਿਆ ਲੱਗੀਆਂ, ਇਹਨਾਂ ਕਹਿੰਦੇ ਮੇਰੇ ਭਤੀਜਿਆਂ ਲੱਗੀਆਂ, ਮੇਰੇ ਲੱਗੀ, 5 ਬੰਦੇ ਦਾ ਮੈਂ 5 ਮਾਰੇ ਫੱਟੜ ਹੋ ਗਏ, 20 ਬੰਦੇ ਦੇ 15-18 ਬੰਦੇ ਦੇ ਕੰਮ ਤੋਂ ਕੰਮ। ਤੁਸੀਂ ਵੀ ਕਾਂਗਰਸੀ? ਉਹ ਵੀ ਕਾਂਗਰਸੀ? ਨਹੀਂ, ਉਹ ਨਹੀਂ ਕਾਂਗਰਸੀ, ਉਹ ਅਕਾਲੀ ਹੈ। ਉਹ ਅਕਾਲੀ ਦਲ ਨੇ? ਹਾਂਜੀ। ਤੇ ਤੁਸੀਂ ਕਾਂਗਰਸ, ਤੁਹਾਡੀ ਕੀ ਸੁਣਵਾਈ ਹੋ ਰਹੀ ਸੀ? ਹਾਲੇ ਕੋਈ ਸੁਣਵਾਈ ਨਹੀਂ, ਹਾਲੇ ਜਦ ਤੱਕ ਉਹ ਪੇਸ਼ ਨਹੀਂ ਹੁੰਦੇ, ਗ੍ਰਿਫਤਾਰ ਨਹੀਂ ਹੁੰਦੇ, ਕੋਈ ਪੁਲਿਸ ਉਸ ਪਰਚਾ ਦਰਜ ਨਹੀਂ ਕਰਦੀ, ਕਿਸ ਤਰ੍ਹਾਂ ਕਰੇ ਤਾਂ ਪਤਾ ਲੱਗਿਆ, ਹੁਣ ਤਾਂ ਇਨਸਾਫ ਦੀ ਮੰਗ ਕਰਾਂ ਸਰਕਾਰ ਦੇ ਵੀ, ਭਾਈ ਵਾਰ ਇਨਸਾਫ ਮਿਲਣਾ ਚਾਹੀਦਾ। ਮਨ ਮਾਰੀ ਗੱਲ ਜਾਸਤੀ ਹੋਈ, ਜੇ ਉਹਨਾਂ ਨੇ ਰੁਪਈਏ ਦੇਣੇ ਗਵੰਦ ਕਰਿਆ ਉਹਨਾਂ ਤਾਂ ਉਹਨਾਂ ਦਾ ਕੇਸ ਚੱਲ ਰਿਹਾ। ਕਿੰਨੇ ਬੰਦੇ ਤੁਹਾਡੇ ਦਾਖਲ? ਮਰ 5 ਹੈ ਜੀ। ਕਿੱਥੇ ਕਿੱਥੇ? 3 ਹੋ ਰਹੇ, 2 ਚੰਡੀਗੜ੍ਹ, 2। ਤੁਹਾਡੇ ਵੀ ਸੱਟਾਂ ਲੱਗੀਆਂ? ਹਾਂਜੀ, ਮੇਰੇ ਵੀ ਲੱਗੀਆਂ। ਪੁਲਿਸ ਆਈ ਬਿਆਨ ਲੈ ਗਈ? ਹੈਂਜੀ, ਪੁਲਿਸ ਬਿਆਨ ਲੈ ਗਈ ਅੱਗੇ? ਹਾਂਜੀ ਲੈ ਗਈ ਬਿਆਨ। ਪੁੱਛ ਨਾਮ ਜਸਵਿੰਦਰ ਸਿੰਘ ਕੁਮਾਰਾ, DSP ਕਨੌਰ। ਕੱਲ੍ਹ ਸਾਡੇ ਰੁੱਕੀ ਪਿੰਡ ਦੇ ਵਿੱਚ ਇੱਕ ਬਰਸਾਤੀ ਪਾਣੀ ਨੂੰ ਲੈ ਕੇ ਝਗੜਾ ਹੋਇਆ ਸੀਗਾ, ਜਿਹਦੇ ਵਿੱਚ ਦੋਨੋਂ ਪਾਰਟੀਆਂ ਦੇ ਬੰਦੇ ਜਿਹੜੇ ਸੀ ਇੰਜਰਡ ਹੋਏ ਨੇ। ਅਸੀਂ ਗੁਰਪ੍ਰੀਤ ਸਿੰਘ ਪਾਰਟੀ ਵੱਲੋਂ ਜਿਹੜਾ ਕੇਸ ਰਜਿਸਟਰ ਕੀਤਾ ਗਿਆ, ਤਫਤੀਸ਼ ਕਰ ਰਹੇ ਆ ਸਾਡੇ SHO ਸਾਹਿਬ, ਕਰ ਰਹੇ ਨੇ ਘਨੌਰ ਵਾਲੇ। ਦੋਨੋਂ ਪਾਰਟੀਆਂ ਦੇ ਬੰਦੇ ਜਿਹੜੇ ਨੇ ਦਾਖਲ ਨੇ, ਸਟੇਟਮੈਂਟ ਉਹਨਾਂ ਦੀ ਰਿਕਾਰਡ ਕਰ ਰਹੇ ਹਾਂ, ਅਤੇ ਜੋ ਵੀ ਇਹਦੇ 'ਚ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਕ ਅਸੀਂ ਜਿਹੜਾ ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ। ਸਰ, ਕਿੰਨੇ ਕੁ ਬੰਦੇ ਇਸ 'ਚ ਇੰਜਰਡ ਹੈਗੇ ਔਰ ਕਿੰਨੇ ਕੁ ਦੇ ਖਿਲਾਫ਼ ਪਰਚਾਇਤ ਹੈ? ਜਿਹੜਾ ਰੀਸੈਂਟਲੀ ਸਾਡੇ ਕੋਲ MLR ਆਈਆਂ ਨੇ ਉਹਦੇ 'ਚ 5 ਬੰਦੇ ਤਾਂ ਜਿਹੜੇ ਨੇ AP ਜੈਨ ਹੋਸਪਿਟਲ ਦਾਖਲ ਹੋਏ ਸੀਗੇ, ਉਹਦੇ 'ਚੋਂ 2 ਬੰਦੇ ਜਿਹੜੇ ਸੀ PG ਰੈਫਰ ਹੋ ਗਏ ਨੇ, ਅਤੇ 4 ਜਾਂ 5 ਬੰਦੇ ਜਿਹੜੇ ਨੇ ਰਜਿੰਦਰਾ ਹੋਸਪਿਟਲ ਦੇ ਵਿੱਚ ਦਾਖਲ ਹੋਏ, ਅਤੇ ਜਿਹੜੇ ਬੰਦੇ PGI ਨੇ ਉਹ ਥੋੜ੍ਹਾ ਸੀਰੀਅਸ ਸੀਗੇ, ਉਹਨਾਂ ਦੇ ਵਿੱਚ ਹੈੱਡ ਇੰਜਰੀ ਵਗੈਰਾ ਹੈਗੀ ਹੈ ਅਤੇ ਲੱਤਾਂ ਵਗੈਰਾ ਵੀ ਫ੍ਰੈਕਚਰ ਨੇ, ਅੰਡਰ ਟ੍ਰੀਟਮੈਂਟ ਨੇ, ਹਾਲੇ ਸਟੇਟਮੈਂਟ ਦੇਣ ਦੇ ਫਿੱਟ ਨਹੀਂ ਸੀਗਾ ਉਹ, ਅਤੇ ਲਿਖਣ ਅਸੀਂ ਉਹਦੇ ਵਿਰੁੱਧ ਦੇ ਬਿਆਨ ਦੇ ਉੱਤੇ ਕੇਸ ਰਜਿਸਟਰ ਕੀਤਾ ਅਤੇ ਇਹਨੂੰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ। ਸਰ, ਦੋਨੋਂ ਪਾਰਟੀਆਂ ਕਿਹੜੀ ਕਿਹੜੀ ਪਾਰਟੀ ਨਾਲ ਸੰਬੰਧਿਤ ਕਰਦੀਆਂ? ਦੇਖੋ, ਪਾਰਟੀਆਂ ਦਾ ਇੰਡੀਵਿਜੁਅਲ ਲੈਵਲ ਅਤੇ ਪੋਲੀਟੀਕਲ ਲੈਵਲ ਕੀ ਹੈ ਮੈਂ ਤਾਂ ਨਹੀਂ ਇਹਦੇ ਬਾਰੇ ਡਿਟੇਲ 'ਚ ਦੱਸ ਸਕਦਾ, ਤਾਂ ਉਹਨਾਂ ਨੂੰ ਪਤਾ ਹੈਗਾ ਵੀ ਕਹਾਂ ਕਿਸ ਉਸ ਨੂੰ ਬਲੋਕ ਕਰਦਾ, ਲੇਕਿਨ ਅਸੀਂ ਆਪਣੇ ਪੁਲਿਸ ਵੱਲੋਂ ਜੋ ਫੇਅਰ ਹੈ ਉਹੀ ਅਸੀਂ ਕਰਾਂਗੇ ਜੋ ਚਾਹੀਦਾ। ਸਰ, ਇਹ 'ਚ ਦੱਸਿਆ ਜਾ ਰਿਹਾ ਜਿਹੜਾ PGI ਦਾਖਲ ਨੇ ਉਹ ਕਾਂਗਰਸੀ ਸਰਪੰਚ ਨੇ? ਨਹੀਂ, ਮੈਨੂੰ ਇਹਦੇ ਬਾਰੇ ਨਹੀਂ ਹਲੇ ਨੌਲੇਜ ਜੇ ਕਾਂਗਰਸੀ ਹੈ ਜਾਂ ਕੋਈ ਪਾਲੀ ਹੈ, ਲੇਕਿਨ ਜੋ ਔਨ ਮੈਰਿਟ ਚੱਲ ਰਹੇ ਹੈ ਉਹਦੇ ਮੁਤਾਬਕ ਹੀ ਅਸੀਂ ਕਰਾਂਗੇ। ਸਰ, ਇਹਨਾਂ ਵਿੱਚ ਕੋਈ ਪਹਿਲੀ ਵੀ ਰੰਜਿਸ਼ ਚੱਲਦੀ ਆ ਰਹੀ ਸੀ? ਇਹ ਇਨਵੈਸਟੀਗੇਸ਼ਨ 'ਚ ਕੋਈ ਗੱਲ ਸਾਹਮਣੇ ਆਈ ਹੈ ਵੀ ਕੋਈ ਪਹਿਲਾਂ ਵੀ ਇਹਨਾਂ ਦਾ ਮਾੜਾ ਮੋਟਾ ਤਕਰਾਰ ਹੋਇਆ ਸੀਗਾ,
ਉਹ ਕਲੀਅਰ ਹੋ ਜਾਏਗਾ ਜਦੋਂ ਬੰਦੇ ਨੂੰ ਅਰੈਸਟ ਵਗੈਰਾ ਪਏਗੀ ਨਾ ਪੁੱਛਗਿੱਛ ਹੋਏਗੀ ਉਦੋਂ ਉਹ ਦੱਸਣਗੇ ਵੀ ਸਾਡਾ ਕੀ ਸੀ ਪਰਪਸ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਫੁਟੇਜ ਵੀ ਹੈਗੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਸ਼ਾਇਦ ਹੈ ਅਤੇ ਆਈਓ ਨੇ ਮੇਰੇ ਖਿਆਲ ਲਈ ਹੋਣੀ ਹੈ ਜਾਂ ਲੈ ਲਏਗਾ ਕਿ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਕੋਈ ਫੁਟੇਜ ਵਗੈਰਾ ਹੈ ਜੀ ਸਰ ਉਹਦੇ ਵਿੱਚ ਕੀ ਕੁਛ ਨਜ਼ਰ ਆ ਰਿਹਾ ਮੈਂ ਹਲੇ ਦੇਖੀ ਨਹੀਂ ਮੇ ਵੀ ਆਈਓ ਨੇ ਦੇਖੀ ਹੋਈ ਪੁਲਿਸ ਦੇ ਵੱਲੋਂ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਸਟਾਰ ਕੈਨੇਡਾ ਟੀਵੀ ਲਈ ਪਟਿਆਲਾ ਤੋਂ ਬਲਜੀਤ ਬੇਦੀ ਦੀ ਰਿਪੋਰਟ